ਸੁਨੀਲ ਵਾਹਿਗੁਰੂ ਨੇ ਸਭ ਠੀਕ ਕਰ ਦੇਣਾ, ਬਸ ਗੁਰੂ ਦੀ ਸ਼ਰਨ ਰਹੋ। ਹਾਂ ਹਾਂ, ਗੁਰੂ ਦੀ ਸ਼ਰਨ ਤੇ ਰਹੀਦਾ। ਕਈ ਵਾਰੀ ਪਾਠ ਨਹੀਂ ਹੁੰਦਾ, ਕਈ ਵਾਰੀ ਹੁਣ ਸਰੀਰ ਠੀਕ ਨਹੀਂ ਹੁੰਦਾ, ਪਾਠ ਨਹੀਂ। ਹੁਣ ਜਿੱਦਾਂ ਗੈਸ ਬਣਦੀ ਹੈ, ਕਈ ਵਾਰੀ ਸਾਰਾ ਸਾਰਾ ਦਿਨ ਨਹੀਂ ਠੀਕ ਹੁੰਦਾ ਸਰੀਰ, ਫਿਰ ਪਾਠ ਰਹਿ ਜਾਂਦਾ ਕਈ ਵਾਰੀ। ਫਿਰ ਇਹਦਾ ਕੀ ਇਲਾਜ ਹੈ ਦੱਸੋ? ਇਹਦਾ ਇਲਾਜ ਬਸ ਗੱਲ ਤਾਂ ਫਿਰ ਮੇਰੀ ਤਾਂ ਗੱਲ ਉੱਥੇ ਹੀ ਆ ਜਾਂਦੀ ਹੈ, ਮੁੜ ਭੁੜ ਕੇ ਗੁਰੂ ਦੀ ਸ਼ਰਨ ਰਹੋ। ਨਹੀਂ ਸ਼ਰਨ ਹੁਣ ਕਿੱਦਾਂ ਲਈਏ? ਕਈ ਵਾਰੀ ਸਰੀਰ ਹੀ ਠੀਕ ਨਹੀਂ ਹੁੰਦਾ। ਨਹੀਂ ਨਹੀਂ ਸਰੀਰ ਠੀਕ ਤਾਂ ਵੀ ਗੁਰੂ ਦੀ ਸ਼ਰਨ ਰਹੋ। ਤੁਸੀਂ ਸਰੀਰ ਨੇ ਠੀਕ ਰਹਿਣਾ ਨਹੀਂ ਰਹਿਣਾ ਉਹ ਵੱਖਰੀ ਗੱਲ ਹੈ, ਤੁਸੀਂ ਸ਼ਰਨ ਲੈਣਾ ਤੁਹਾਡੀ ਰੂਹ ਨੇ, ਤੁਹਾਡੇ ਮਨ ਨੇ। ਆ ਪਾਠ ਤਾਂ ਕਰੀ ਜਾਓ, ਸਮਝ ਗਏ? ਵਾਹਿਗੁਰੂ ਵਾਹਿਗੁਰੂ ਤਾਂ ਕਰੀ ਜਾਓ, ਨਾ ਕਰੋ ਵਾਹਿਗੁਰੂ। ਤੁਸੀਂ ਆਪਣੇ ਆਪ ਨੂੰ ਇਹ ਸਮਝ ਲਓ ਕਿ ਅਸੀਂ ਪਰਮਾਤਮਾ ਦੇ ਹਾਂ, ਪਰਮਾਤਮਾ ਦੀ ਸ਼ਰਨ ਦੇ ਵਿੱਚ ਅਸੀਂ ਬੈਠੇ ਹਾਂ। ਸਾਡਾ ਪਰਮਾਤਮਾ ਬਿਨਾਂ ਕੋਈ ਕਾਰਜ ਨਹੀਂ ਹੈ, ਸਾਡਾ ਪਰਮਾਤਮਾ ਬਿਨਾਂ ਕੋਈ ਸਾਧਨ ਨਹੀਂ ਹੈ, ਸਾਡਾ ਪਰਮਾਤਮਾ ਬਿਨਾਂ ਕੋਈ ਪ੍ਰੇਮ ਨਹੀਂ ਹੈ, ਸਾਡਾ ਪਰਮਾਤਮਾ ਬਿਨਾਂ ਕੋਈ ਢੋਈ ਨਹੀਂ ਹੈ। ਸਭ ਕੁਛ ਪਰਮਾਤਮਾ ਤੇ ਛੱਡ ਦਿਓ, ਕੁਛ ਨਹੀਂ। ਵਾਹਿਗੁਰੂ ਬੋਲਣ ਦੀ ਵੀ ਲੋੜ ਨਹੀਂ, ਉਹ ਚੁੱਪ ਚੁਪੀਤੇ ਤੁਹਾਡੀ ਗੱਲ ਜਾਣਦਾ ਹੈ, ਬਿਨ ਬੋਲਿਆ ਸਭ ਕੁਛ ਜਾਣਦਾ। ਕਿ ਸਾਡਾ ਅਰਦਾਸ ਉਹ ਤਾਂ ਜਾਣਦਾ ਹੈ, ਚਾਹੇ ਤੂੰ ਬਿਮਾਰ ਹੈ, ਬਿਮਾਰ ਤਾਂ ਸਾਡੇ ਕਰਮ ਦਾ ਖੇਲ ਹੈ, ਹੈ ਉਹ ਤਾਂ ਭੋਗਣਾ ਪਊਗਾ। ਅੱਛਾ, ਜੇ ਤੂੰ ਉਹਦੇ ਸਮਰਪਣ ਰਹੇਗਾ, ਜੇ ਉਸ ਨੂੰ ਸੁਰਤੀ ਦੇ ਵਿੱਚ ਵਸਾਇਆ ਹੋਇਆ ਹੈ, ਹਿਰਦੇ 'ਚ ਵਸਾਇਆ ਹੋਇਆ ਹੈ, ਤੇ ਤੁਹਾਡਾ ਅੰਦਰਲਾ ਮਨ ਜਿਹੜਾ ਹੈ, ਤੁਹਾਡੀ ਅੰਦਰਲੀ ਰੂਹ ਜਿਹੜੀ ਹੈ, ਜਦੋਂ ਉਹ ਉਸ ਨੂੰ ਸਮਰਪਿਤ ਔਰ ਉਸ ਦੀ ਵਡਿਆਈ ਕਰ ਰਹੀ ਹੈ, ਬੋਲਣ ਦੀ ਲੋੜ ਨਹੀਂ ਹੈ, ਵਡਿਆਈ ਵੈਸੇ ਹੀ ਹੋ ਜਾਂਦੀ। ਜਿਵੇਂ ਅਸੀਂ ਪਿਓ ਨੂੰ ਕਹਿੰਦੇ ਹਾਂ ਸਾਡਾ ਪਿਓ ਹੈ, ਸਾਡਾ ਪਿਓ ਹੈ, ਸਾਡਾ ਪਿਓ, ਅਸੀਂ ਬੋਲਦੇ ਤਾਂ ਨਹੀਂ, ਲੋਕਾਂ ਨੂੰ ਸੁਣਾਉਂਦੇ ਤਾਂ ਨਹੀਂ। ਇਵੇਂ ਪਰਮਾਤਮਾ ਸਾਡਾ ਮਤਲਬ ਪਿਓ ਹੈ, ਸੁਣਾਉਣ ਦੀ ਕੋਈ ਲੋੜ ਨਹੀਂ ਹੈ, ਉਹਨੂੰ ਪਤਾ ਹੈ ਕਿ ਮੇਰੇ ਨਾਲ ਜੁੜਿਆ ਹੋਇਆ ਰੂਹ ਮੇਰੀ ਸ਼ਰਨ ਹੈ, ਮੇਰੀ ਸ਼ਰਨਾਗਤ ਦੇ ਵਿੱਚ ਹੈ, ਮੇਰੇ ਨਾਲ ਪਿਆਰ ਕਰ ਰਹੀ ਹੈ, ਮੇਰੇ ਤੋਂ ਬਿਨਾਂ ਕਿਸੇ ਹੋਰ ਨੂੰ ਮੱਥੇ ਨਹੀਂ ਟੇਕਦੀ, ਮੇਰੇ ਤੋਂ ਬਿਨਾਂ ਕਿਸੇ ਹੋਰ ਨੂੰ ਸਮਝਦੀ ਕੁਛ ਨਹੀਂ, ਮੇਰੇ ਤੋਂ ਬਿਨਾਂ ਕਿਸੇ ਉਹਦੀ ਕਿਸੇ ਨਾਲ ਜਾਣਕਾਰੀ ਨਹੀਂ ਹੈ, ਮੇਰੇ ਤੋਂ ਬਿਨਾਂ ਉਹ ਕਿਸੇ ਨੂੰ ਹੋਰ ਕੁਛ ਮੰਨਦਾ ਹੀ ਨਹੀਂ ਹੈ, ਜੋ ਕੁਛ ਮੰਗਦਾ, ਜੋ ਕੁਛ ਲੋੜ ਹੈ, ਜੋ ਕੁਛ ਮੇਰੇ ਤੋਂ ਮੰਗਣਾ ਉਹ ਮੇਰੇ ਤੋਂ ਮੰਗਦਾ। ਇਹ ਪਰਮਾਤਮਾ ਨੂੰ ਜਾਣਕਾਰੀ ਹੈ, ਸਭ ਗਿਆਨ ਹੈ, ਉਹ ਸਾਡੀ ਰੂਹ, ਸਾਡੀ ਰੂਹ ਦੇ ਨਾਲ ਕੰਟੈਕਟ ਹੈ ਹਮੇਸ਼ਾ ਲਈ। ਇਹ ਗੱਲ ਵੱਖਰੀ ਹੈ ਵੀ ਅਸੀਂ ਜਦੋਂ ਮਨਮੁੱਖ ਹੋ ਜਾਂਦੇ ਹਾਂ ਤੇ ਸਾਡੀ ਰੂਹ ਨੂੰ ਅਸੀਂ ਜਾਣ ਕੇ ਬੰਨ ਲੈਂਦੇ ਹਾਂ, ਉਹਦੇ ਅੱਗੇ ਬੰਨਾਂ ਲਾ ਕੇ ਤੇ ਅਸੀਂ ਰੋਕ ਦਿੰਦੇ ਹਾਂ। ਹਾਂ, ਪਰ ਗੁਰੂ ਨੇ ਤੇ ਸਾਨੂੰ ਇਹ ਗੁਰਬਾਣੀ ਦੇ ਸਿਧਾਂਤ ਜਿਹੜੇ ਦੱਸੇ ਹੋਏ ਆ ਨਾ, ਪਰਮੇਸ਼ੁਰ ਦਿੱਤਾ ਬੰਨਾ, ਪਰਮੇਸ਼ੁਰ ਨੇ ਸਾਨੂੰ ਗੁਰਬਾਣੀ ਇੱਕ ਬੰਨਾ ਦਿੱਤੀ ਹੋਈ ਹੈ, ਇੱਕ ਸਿਧਾਂਤ ਜਿਹੜੇ ਦਿੱਤੇ ਆ, ਇਹ ਬੰਨਾ ਹੈ, ਇਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਅਸੀਂ ਲਾ ਲੈਂਦੇ ਆਪਣੇ ਮਤ ਦੇ ਬੰਨੇ, ਹਾਂ ਅਸੀਂ ਸਾਡਾ ਸਰੀਰ ਨਹੀਂ ਠੀਕ ਸੀ, ਸਾਡਾ ਫਲਾਣਾ, ਇਹ ਗੱਲਾਂ ਬਹੁਤ ਪਰੇ ਦੀਆਂ। ਸਰੀਰ ਦੁੱਖ ਸੁੱਖ ਜਿਹੜਾ ਜੀਵਨ ਦੇ ਨਾਲ ਹੈ, ਦੁੱਖ ਜੀਵਨ ਦਾ ਭੋਗ ਹੈ, ਪਰ ਇਹ ਜਿਹੜੀ ਪਰਮਾਤਮਾ ਨਾਲ ਜੁੜਨ ਦੀ, ਸੁਰਤੀ ਜੁੜਨ ਦੀ, ਮਨ ਦੇ ਸ਼ਰਨਾਗਤ ਹੋਣ ਦੀ, ਮਨ ਨੂੰ ਪਿਆਰ ਕਰਨ ਦੀ, ਮਨ ਦੇ ਅੰਦਰਲੇ ਅੰਤਰ ਹਿਰਦੇ ਨਾਲ ਉਸ ਦੇ ਵਿੱਚ, ਆਪਣੇ ਮਨ ਦੇ ਵਿੱਚ ਉਸ ਪਰਮਪਿਤਾ ਪਰਮਾਤਮਾ ਨੂੰ ਵਸਾ ਲੈਣਾ, ਉਹਨਾਂ ਦਾ ਸਿਮਰਨ ਕਰਦੇ ਰਹਿਣਾ, ਇਹ ਪਰੇ ਦੀ ਗੱਲ ਹੈ, ਇਹ ਸੰਸਾਰ ਤੋਂ ਸਾਡੀ ਦੇਹ ਤੋਂ ਪਰੇ ਦੀ ਗੱਲ ਹੈ, ਦੇਹ ਕੁਛ ਨਹੀਂ ਹੈ ਇਸ ਮੂਹਰੇ। ਵਾਹਿਗੁਰੂ ਸੰਸਾਰ ਤੇ ਕੁਛ ਵੀ ਨਹੀਂ, ਇਹ ਸਾਰਾ ਕੂੜ ਹੈ। ਹੈਂ? ਸੰਸਾਰ ਤਾਂ ਮੈਂ ਕਿਹਾ ਸਾਰਾ ਹੀ ਕੂੜ ਹੈ, ਇਹ ਤਾਂ ਕੁਛ ਵੀ ਨਹੀਂ। ਬਸ ਆਪਾਂ ਵੇਖ ਹੀ ਲਿਆ ਚੰਗੀ ਤਰ੍ਹਾਂ ਜਵਾ ਕੇ, ਤੂੰ ਵੀ ਵੇਖ ਲਿਆ, ਮੂੰਹ ਵੀ ਵੇਖ ਲਿਆ, ਇਹ ਤਾਂ ਸਾਰਾ ਐਵੇਂ ਕੂੜ ਦਾ ਹੀ ਚੱਕਰ ਹੈ, ਸੰਸਾਰ ਤੇ ਕੁਛ ਵੀ ਨਹੀਂ। ਇਹ ਸਾਰਾ ਸੰਸਾਰ ਜਿਹੜਾ ਹੈ ਨਾ, ਜਿਹੜਾ ਵੀ ਸਾਨੂੰ ਅੱਖਾਂ ਨਾਲ ਦਿਸ ਰਹੀ ਹੈ ਚੀਜ਼, ਸਾਡਾ ਸਰੀਰ, ਸਾਡਾ ਪੁੱਤਰ ਧੀਆਂ, ਸਾਡੇ ਮਕਾਨ, ਸਾਡੀਆਂ ਬਿਲਡਿੰਗਾਂ, ਸਾਡੇ ਐਸ਼ੋ ਆਰਾਮ ਦੀਆਂ ਚੀਜ਼ਾਂ, ਸਾਡੇ ਖਾਣ ਪੀਣ ਦੇ, ਸਾਡੇ ਹੋਰ ਜੋ ਵੀ ਸਾਨੂੰ ਅੱਖਾਂ ਨਾਲ ਦਿਸ ਰਿਹਾ ਹੈ, ਇਹ ਕੂੜ ਹੈ, ਮਿੱਥਿਆ ਹੈ, ਇਹ ਮਿੱਟ ਜਾਣਾ ਹੈ, ਇਹ ਸਦਾ ਰਹਿਣ ਵਾਲਾ ਨਹੀਂ। ਸਦਾ ਰਹਿਣ ਵਾਲਾ ਕੀ ਹੈ? ਇੱਕ ਪਰਮ ਪਿਤਾ ਪਰਮਾਤਮਾ, ਉਸ ਦਾ ਨਾਮ, ਸਮਝ ਗਿਆ, ਉਸ ਦਾ ਪਿਆਰਾ, ਜੋ ਭਗਤੀ ਕਰਕੇ ਉਸ ਪਰਮਾਤਮਾ ਦੀ ਸ਼ਰਨ ਹੋ ਕੇ ਪਰਮਾਤਮਾ ਨਾਲ ਜੋੜ ਕਰ ਲਵੇ, ਔਰ ਪਰਮਾਤਮਾ ਨੂੰ ਆਪਣੇ ਅੰਤਰ ਹਿਰਦੇ ਦੇ ਵਿੱਚ ਵਸਾ ਕੇ ਪਰਮਾਤਮਾ ਤੋਂ ਬਿਨਾਂ ਸੰਸਾਰ ਦੇ ਵਿੱਚ ਕੁਛ ਵੀ ਨਾ ਸਮਝੇ, ਵੀ ਹੈ ਹੀ ਕੁਛ ਨਹੀਂ, ਪਰਮਾਤਮਾ ਬਿਨਾਂ ਸਭ ਕੁਛ ਹੀ ਗੁਰੂ ਗੁਰਬਾਣੀ ਹੈ ਨਾ, ਸਭ ਬ੍ਰਹਮ ਹੈ, ਸਭ ਬ੍ਰਹਮ ਹੈ,
ਇਸ ਜਦੋਂ ਸਾਡੀ ਸੁਰਤੀ ਬਣ ਜਾਏ ਸਭ ਪਰਮਾਤਮਾ ਹੀ ਹੈ, ਪਾਰ ਬ੍ਰਹਮ ਪਰਮੇਸ਼ਰ ਹੀ ਹੈ, ਜਿੱਥੇ ਵੀ ਹੈ ਗੁਰੂ ਹੈ, ਜਿੱਥੇ ਹੀ ਵਾਹਿਗੁਰੂ ਹੈ, ਜਿੱਥੇ ਹੀ ਵਾਹਿਗੁਰੂ ਹੈ, ਵਾਹਿਗੁਰੂ ਤੋਂ ਇਲਾਵਾ ਕੁਛ ਵੀ ਨਹੀਂ ਹੈ, ਜਿੱਥੇ ਹੀ ਹੈ ਗੁਰੂ ਨਾਨਕ ਦਾ ਸਰੂਪ ਹੈ, ਜਿੱਥੇ ਨਿਰੰਕਾਰ ਦਾ ਸਰੂਪ ਹੈ, ਜਿੱਥੇ ਹੈ ਗੁਰੂ ਗੋਬਿੰਦ ਸਿੰਘ ਜੀ ਦਾ ਸਰੂਪ ਹੈ, ਉਹ ਗੁਰੂ ਗੋਬਿੰਦ ਸਿੰਘ ਜੀ ਦਾ ਸਰੂਪ ਵੀ ਪਰਮਾਤਮਾ ਹੈ, ਗੁਰੂ ਨਾਨਕ ਦਾ ਸਰੂਪ ਵੀ ਪਰਮਾਤਮਾ ਹੈ, ਔਰ ਪਰਮਾਤਮਾ ਹੀ ਸਾਰੀ ਸ੍ਰਿਸ਼ਟੀ ਦੇ ਵਿੱਚ ਵਸਿਆ ਹੋਇਆ, ਸਾਡੇ ਹਿਰਦੇ ਦੇ ਵਿੱਚ, ਪੰਛੀਆਂ ਦੇ ਅੰਤਰ ਹਿਰਦੇ ਦੇ ਵਿੱਚ, ਪੇੜਾਂ ਦੇ ਅੰਦਰ, ਪੌਦਿਆਂ ਦੇ ਅੰਦਰ, ਪਰਬਤਾਂ ਦੇ ਅੰਦਰ, ਬਿਲਡਿੰਗਾਂ ਦੇ ਅੰਦਰ, ਨਦੀਆਂ ਨਾਲਿਆਂ ਦੇ ਅੰਦਰ, ਹਰ ਕਿਸੇ ਦੇ ਅੰਦਰ ਉਹ ਪਰਮ ਪਿਤਾ ਪਰਮਾਤਮਾ ਵਸਿਆ ਹੋਇਆ ਹੈ। ਤੇ ਜਦੋਂ ਅਸੀਂ ਫਿਰ ਮਤਲਬ ਆਪਣੀ ਮੈਂ ਇਕੱਲੇ ਮੈਂ ਕਰਨ ਲੱਗ ਜਾਈਏ, ਸਾਰਾ ਸੰਸਾਰ ਤਾਂ ਪਰਮਾਤਮਾ ਦੀ ਸ਼ਰਨ ਦੇ ਵਿੱਚ ਹੈ, ਸਾਰਾ ਸੰਸਾਰ ਤਾਂ ਪਰਮਾਤਮਾ ਦੇ ਹੁਕਮ ਨਾਲ ਚੱਲਦਾ, ਉਹਦੇ ਚਲਾਇਆ ਹੀ ਚੱਲਦਾ, ਜਿਵੇਂ ਚਲਾਵੇ ਉਵੇਂ ਚੱਲਦਾ। ਤੇ ਫਿਰ ਅਸੀਂ ਮਤਲਬ ਕੀ ਹੈ, ਉਹਨੂੰ ਛੱਡ ਦਿਓ, ਆਪਣੇ ਆਪ ਨੂੰ ਉਸ ਦੇ ਆਸਰੇ ਛੱਡ ਦਿਓ, ਉਹ ਜਿਵੇਂ ਚਲਾਵੇ, ਸ਼ੁਕਰ ਹੈ ਤੇਰਾ, ਸ਼ੁਕਰ ਹੈ, ਬਸ ਸ਼ੁਕਰ ਕਰੋ, ਉਹਦੇ ਹੁਕਮ ਕੀ ਹੈ ਸਰ। ਹਾਂ, ਹੁਕਮ ਚ ਰਹੋ, ਉਸਦੇ ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ। ਹਾਂ, ਜਿਹੜਾ ਸੁੱਖ ਦੁੱਖ ਹੈ ਆਪਣੇ ਕਰਮਾਂ ਦਾ ਹੈ ਹੀ ਆ। ਹਾਂ, ਜੋ ਸੁੱਖ ਉਹ ਚਾਹੇ ਸਦਾ, ਸ਼ਰਨ ਰਾਮ ਕੀ ਲੇ। ਹਾਂ, ਸਭ ਸੁੱਖ ਦਾਤਾ ਰਾਮ ਹੈ, ਦੂਸਰ ਨਾ ਹੀ ਕੋਈ। ਸੁੱਖ ਉਹਦੇ ਨਾਮ ਨੇ ਦੇਣਾ ਸਾਨੂੰ, ਮਤਲਬ ਜੇ ਅਸੀਂ ਉਸ ਨੂੰ ਕਹਿ ਦਈਏ ਨਹੀਂ ਸਾਡਾ ਸਰੀਰ ਨੀ, ਫਲਾਨਾ ਚੌਂਕਾ ਹੈ, ਅਸੀਂ 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 ਐਵੇਂ ਲਾਂਭੇ, ਮੈਂ ਕੱਲ ਵੀ ਤੈਨੂੰ ਦੱਸਿਆ ਸੀ ਵੀ ਅਸੀਂ ਐਵੇਂ ਲਾਂਭੇ ਦੇ ਜਾਈਏ ਰੱਬ ਨੂੰ, ਕਿਸ ਵਾਸਤੇ, ਕਿਉਂ ਕਿਉਂ? ਜੇ ਦੁੱਖ ਆਇਆ ਸਾਡੇ ਕਰਮ ਦੇ ਹੈ, ਉਹਨੂੰ ਖੁਸ਼ ਹੋ ਕੇ ਭੋਗਣ ਦੀ ਕੋਸ਼ਿਸ਼ ਕਰੋ, ਔਰ ਹੋ ਸਕੇ ਤੇ ਵਾਹਿਗੁਰੂ ਵਾਹਿਗੁਰੂ ਨਾਮ ਸਿਮਰਨ ਮੁੱਖ ਚੋਂ ਆਵੇ ਤਾਂ ਠੀਕ ਹੈ, ਨਹੀਂ ਤਾਂ ਮਨ ਚੋਂ ਆਉਂਦਾ ਰਹੇ ਜੀਵ ਤਾਲੂਏ ਨਾਲ ਲਾ ਕੇ। ਮਹਾਂਪੁਰਸ਼ ਇਸ ਤਰ੍ਹਾਂ ਕਰਦੇ ਆ, ਜੀਵ ਤਾਲੂਏ ਨਾਲ ਲਾ ਕੇ ਵਾਹਿਗੁਰੂ ਦਾ ਸਿਮਰਨ ਕਰਦੇ ਆ, ਉਹ ਬੋਲਦੇ ਨਹੀਂ ਆ, ਉਹਨੂੰ ਜਪਾ ਜਪ ਕਿਹਾ ਜਾਂਦਾ। ਹਾਂ ਹਾਂ ਹਾਂ, ਤਾਂ ਇਸ ਤਰ੍ਹਾਂ ਦੀ ਅਵਸਥਾ ਦੇ ਵਿੱਚ ਰਹੋ, ਵਾਹਿਗੁਰੂ ਭਲਾ ਕਰੂੰਗੇ, ਆਪਣੇ ਆਪ ਨੂੰ ਗਵਾ ਦਿਓ, ਧੂੜ ਬਣਾ ਦਿਓ ਪਰਮਾਤਮਾ ਦੇ ਚਰਨਾਂ ਦੀ, ਸਮਝ ਗਿਆ? ਤੇ ਜਦੋਂ ਅਸੀਂ ਆਪਣੇ ਆਪ ਨੂੰ ਗਵਾ ਦਿਆਂਗੇ ਨਾ, ਮੈਂ ਖਤਮ ਹੋ ਗਈ, ਸਾਡਾ ਹਉਮੈ ਖਤਮ ਹੋ ਗਿਆ, ਜਾਂ ਕੁਛ ਵੀ ਸਾਡੇ ਆਹ ਫਲਾਨਾ ਹੈ, ਆਹ ਤਰ੍ਹਾਂ ਕਿਉਂ ਗੱਲਾਂ ਨੂੰ ਕਰਦੇ ਹੁੰਦੇ ਹਾਂ ਜਿਵੇਂ ਸੰਸਾਰ ਦੇ ਲੋਕ ਕਰਦੇ ਆ, ਇਹ ਬਹੁਤਾ ਬੋਲਣ ਚੱਖਣ ਹੋਏ, ਇਹ ਗੱਲਾਂ ਛੱਡ ਦਿਓ। ਸਮਝ ਗਏ? ਪਰਮਾਤਮਾ ਦੀ ਸ਼ਰਨ ਦੇ ਵਿੱਚ ਰਹੋ, ਬਸ ਇੱਕੋ ਹੀ ਗੱਲ ਹੈ, ਬਸ ਮੈਂ ਇੱਕ ਗੱਲ ਜਾਣਦਾ, ਚਾਹੇ ਦੁੱਖ ਹੈ ਚਾਹੇ ਸੁੱਖ ਹੈ, ਦੁੱਖ ਹੈ ਤਾਂ ਉਸਨੂੰ ਬੇਨਤੀ ਲਾਓ ਸੱਚੇ ਪਾਤਸ਼ਾਹ ਕਿਰਪਾ ਕਰ, ਸੁੱਖ ਹੈ ਤਾਂ ਉਸਦਾ ਸ਼ੁਕਰ ਕਰੋ, ਔਰ ਵੈਸੇ ਸਾਰੀ ਜ਼ਿੰਦਗੀ ਦੇ ਵਿੱਚ ਜਿੰਨਾ ਵੀ ਹੋ ਸਕੇ ਉਸਦਾ ਨਾਮ ਸਿਮਰਨ ਕਰਦੇ ਰਹੋ, ਵਾਹਿਗੁਰੂ ਵਾਹਿਗੁਰੂ ਉਸਨੂੰ ਸਮਰਪਿਤ ਹੋ ਕੇ ਆਪਣੀ ਸੁਰਤੀ ਨੂੰ ਉਹਦੇ ਚਰਨਾਂ 'ਚ ਜੋੜੀ ਰੱਖੋ, ਬੋਲਣ ਦੀ ਵੀ ਲੋੜ ਨਹੀਂ, ਆਪਣੇ ਮਨ ਨੂੰ ਆਪਣੀ ਰੂਹ ਨੂੰ ਉਹਦੇ ਚਰਨਾਂ 'ਚ ਜੋੜ ਦਿਓ, ਬਸ ਇੰਨੀਆਂ ਵਿਚਾਰਾਂ ਹੈ। ਇਹ ਗੁਰੂ ਸਾਹਿਬ ਬਖਸ਼ਿਸ਼ ਕਰਨ ਤੇ ਸੱਚੇ ਪਾਤਸ਼ਾਹ ਭਲੀ ਕਰਦਾ ਹੈ, ਬਸ ਇਹ ਸਮਝ ਲਓ। ਇਹ ਸਮਝਣ ਦੀ ਹੀ ਜਦੋਂ ਇਹ ਬੰਦੇ ਨੂੰ ਇਸ ਗੱਲ ਦੀ ਸਮਝ ਆ ਜਾਂਦੀ ਹੈ, ਉਸਦੇ ਭਰਮ ਖਤਮ ਹੋ ਜਾਂਦੇ, ਉਹਨੂੰ ਇੱਕ ਭਰਮ ਲੱਗਿਆ ਪਿਆ ਹੈ ਵੀ ਪਤਾ ਨਹੀਂ ਇਹ ਸੰਸਾਰ ਬਾਹਲਾ ਚੰਗਾ ਹੈ, ਪਤਾ ਨਹੀਂ ਅਸੀਂ ਭਗਤੀ ਕਰਦੇ ਹਾਂ ਤੇ ਫਿਰ ਵੀ ਸਾਨੂੰ ਰੱਬ ਫਲ ਨਹੀਂ ਦਿੰਦਾ, ਇਹ ਭਰਮ ਲੱਗੇ ਹੋਏ ਆ ਬੰਦੇ ਨੂੰ। ਇਹ ਭਰਮ ਨਿਕਲ ਜਾਣਗੇ ਫਿਰ ਤੁਹਾਡੇ, ਜਦੋਂ ਇਹ ਭਰਮ ਨਿਕਲ ਗਏ, ਜਦੋਂ ਤੁਸੀਂ ਆਪਣੇ ਆਪ ਨੂੰ ਅਵਗੁਣ ਭਰੇ ਹੋ, ਤੁਸੀਂ ਉਹ ਗੁਣਾਂ ਦੀ ਸਾਰ ਕਰਦਾ, ਠੀਕ ਹੈ, ਗੁਣਾਂ ਦਾ ਦਾਤਾ ਹੈ, ਗੁਣ ਦਿੰਦਾ ਵੀ ਹੈ, ਗੁਣਾਂ ਨਾਲ ਪਿਆਰ ਵੀ ਕਰਦਾ ਹੈ, ਪਰ ਉਹ ਅਵਗੁਣ ਗੁਣਿਆਂ ਨੂੰ ਵੀ ਮਾਰਦਾ ਨਹੀਂ ਹੈ, ਉਹ ਅਵਗੁਣ ਗੁਣਿਆਂ ਨੂੰ ਰਾਹ ਲਾ ਕੇ ਅੱਗੇ ਤੋਰ ਦਿੰਦਾ, ਚੱਲ ਤੂੰ ਹੁਣ ਭਗਤੀ ਕਰ। ਜੋ ਗੁਰੂ ਸਾਹਿਬ ਦੀ ਬਖਸ਼ਿਸ਼ ਹੈ ਨਾ, ਜੈਸਾ ਬਾਲਕ ਭਾਏ ਸੁਭਾਏ, ਲੱਖ ਅਪਰਾਧ ਘੁਮਾਵੇ, ਬਹੁਤ ਪੇਤਾ ਗੱਲ ਲਾਵੇ, ਉਪਦੇਸ਼ ਕਰੇ ਝਿੜਕੇ ਬਹੁ ਪਾਤੀ, ਬਹੁਤ ਪਿਤਾ ਗੱਲ ਲਾ ਲੈ, ਪਿਛਲੇ ਆਗੇ ਮਾਰ ਤੋ, ਬਸ ਇਸ ਤਰ੍ਹਾਂ ਆਪਣੇ ਆਪ ਨੂੰ ਸਮਰਪਿਤ ਕਰਨ ਦੀ ਕੋਸ਼ਿਸ਼ ਕਰੋ, ਗੁਰਬਾਣੀ ਤੇ ਆਧਾਰਿਤ ਰਹੋ, ਗੁਰਬਾਣੀ ਜੋ ਕਹਿੰਦੀ ਹੈ ਉਸਨੂੰ ਮੰਨ ਕੇ ਚੱਲੋ, ਔਰ ਮੰਨ ਲੈਣਾ ਹੀ ਪਰਮਾਤਮਾ ਨੂੰ, ਮੰਨੇ ਕੀ ਗੱਤ ਕਹੀ ਨਾ ਜਾਏ, ਜਿਸ ਵੀ ਪਰਮਾਤਮਾ ਨੂੰ ਮੰਨ ਲਿਆ ਫਿਰ ਉਹ ਪਰਮਾਤਮਾ ਦਾ ਨਾਮ ਜਿਹੜਾ ਐਸਾ ਨਾਮ ਨਿਰੰਜਨ ਪਰਮਾਤਮਾ ਹੋ ਜਾਂਦਾ ਸਾਡੇ ਹਿਰਦੇ ਦੇ ਵਿੱਚ, ਉਹ ਨਾਮ ਜਪਿਆ ਹੋਇਆ ਜਿਹੜਾ ਉਹ ਪਰਮਾਤਮਾ ਦਾ ਸਰੂਪ ਬਣ ਜਾਂਦਾ, ਐਸਾ ਨਾਮ ਨਿਰੰਜਨ ਹੋਏ, ਮਨ ਜਾਣਾ, ਮਨ ਹੋਏ, ਹਾਂ, ਵਾਹਿਗੁਰੂ ਭਲਾ ਕਰੇ।